ਸਤਿ ਸ਼੍ਰੀ ਅਕਾਲ ਜੀ ਮੈਂ ਹੈਪੀ ਸਿੰਗਲਾ ਤੁਸੀਂ ਜੁੜ ਚੁੱਕੇ ਹੋ ਪਿਆਰੇ ਦਰਬਾਰ ਨਿਊਜ਼ ਨਾਲ ਮੌਜੂਦ ਹਾਂ ਐਲਨਾਬਾਦ ਹਲਕੇ ਦੇ ਪਿੰਡ ਸ਼ੇਖੂ ਖੇੜਾ ਦੇ ਅੰਦਰ ਸਰਪੰਚੀ ਚੋਣਾਂ ਦਾ ਬਿਗੁਲ ਵੱਜ ਚੁੱਕਿਆ ਹੈ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਸੀ ਪਿੰਡਾਂ ਨੂੰ ਆਪਣੇ ਨਵੇਂ ਸਰਪੰਚ ਦਾ ਕੁਛ ਪ੍ਰੋਬਲਮਾਂ ਦੇ ਕਾਰਨ ਲੇਟ ਤੋਂ ਲੇਟ ਹੋ ਰਿਹਾ ਸੀ ਲੇਕਿਨ ਹੁਣ ਬਿਗੁਲ ਵੱਜ ਚੁੱਕਿਆ ਹੈ ਪਿੰਡ ਦੇ ਕੀ ਮਾਹੌਲ ਨੇ ਕੀ ਪਿੰਡ ਦੇ ਲਈ ਨਵੀਆਂ ਸਕੀਮਾਂ ਆ ਰਹੀਆਂ ਨੇ ਤੇ ਪਿੰਡਾਂ ਦੇ ਸਰਪੰਚ ਕੀ ਕਹਿ ਰਹੇ ਆ ਗੱਲ ਕਰਦੇ ਹਾਂ ਜਸਕਰਨ ਕੰਗ ਬਾਰੇ ਜਸਕਰਨ ਕੰਗ ਬਾਰੇ ਆਪਦੇ ਚੈਨਲ ਦੇ ਮਾਧਿਅਮ ਰਾਹੀਂ ਦੱਸ ਦਈਏ ਤਾਂ ਕਿਸਾਨੀ ਅੰਦੋਲਨ ਦਾ ਫਰੇਮ ਰਹੇ ਨੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਆਵਾਜ਼ ਚੱਕੀ ਹੈ ਦਿੱਲੀ ਟਿੱਕਰੀ ਦੀ ਗੱਲ ਕਰੀਏ ਤਾਂ ਉੱਥੇ ਵੀ ਆਪਣੀਆਂ ਡਿਊਟੀਆਂ ਨਿਭਾਈਆਂ ਨੇ ਕਾਰਜਭਾਰ ਸੰਭਾਲਣ ਜਾ ਰਹੇ ਨੇ ਪਿੰਡ ਦਾ ਸਰਪੰਚੀ ਪਦ ਉਮੀਦਵਾਰ ਨੇ ਕਹਿ ਰਹੇ ਨੇ ਕਿ ਜੋ ਦਾਅਵੇ ਨੇ ਉਹਨਾਂ ਨੂੰ ਕਰਕੇ ਦਿਖਾਵਾਂਗੇ ਗੱਲਾਂ ਨਹੀਂ ਕਰਾਂਗੇ ਜੋ ਪਿੰਡ ਦੇ ਨਾਲ ਵਾਅਦੇ ਕਰਾਂਗੇ ਉਹਨਾਂ ਤੇ ਖਰਾ ਉਤਰਾਂਗੇ ਤਸਵੀਰਾਂ ਦੇ ਵਿੱਚ ਦਿਖਾ ਰਹੇ ਹਾਂ ਕਿ ਸਮਰਥਨ ਦੇ ਵਿੱਚ ਪੂਰਾ ਪਿੰਡ ਮੌਜੂਦ ਹੈ ਅਗਰ ਮਜ਼ਦੂਰ ਵਰਗ ਦੀ ਗੱਲ ਕਰੀਏ ਤਾਂ ਉਹ ਵੀ ਸਹਾਰਾ ਨੇ ਨਾਲ ਅਗਰ ਆਪਦੇ ਭਾਈਚਾਰੇ ਦੀ ਗੱਲ ਕਰੀਏ ਤਾਂ ਭਾਈਚਾਰਾ ਵੀ ਮੋਢੇ ਦੇ ਨਾਲ ਮੋਢਾ ਜੋੜ ਕੇ ਬੈਠਾ ਹੈ ਅਗਰ ਪੂਰਵ ਸਰਪੰਚ ਦੀ ਗੱਲ ਕਰੀਏ ਤਾਂ ਉਹਨਾਂ ਦਾ ਵੀ ਪੂਰਾ ਸਹਿਯੋਗ ਹੈ ਕਿ ਜੋ ਪੂਰਵ ਸਰਪੰਚ ਦੇ ਜੋ ਸੁਪਨੇ ਰਹਿ ਚੁੱਕੇ ਨੇ ਪਿੰਡ ਦੇ ਵਿਕਾਸ ਲਈ ਉਹਨਾਂ ਨੂੰ ਜਸਕਰਨ ਕੰਗ ਪੂਰਾ ਕਰ ਸਕਦਾ ਹੈ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਜਸਕਰਨ ਕੰਗ ਦੇ ਨਾਲ ਗੱਲ ਕਰਵਾਉਂਦੇ ਹਾਂ ਅਤੇ ਜਾਣਦੇ ਹਾਂ ਕਿ ਕੁਛ ਨਵਾਂ ਕੀ ਲੈ ਕੇ ਆਏ ਨੇ ਗਲੀਆਂ ਦੀਆਂ ਗਲੀਆਂ ਬਣਾਤੀਆਂ ਨਾਲੀਆਂ ਬਣਾਤੀਆਂ ਇਹ ਦਾਅਵੇ ਤਾਂ ਹਰ ਪਿੰਡ ਦੇ ਹਰ ਸਰਪੰਚਾਂ ਦੇ ਨੇ ਆਖਿਰ ਪੂਰੇ ਵੀ ਹੁੰਦੇ ਨੇ ਲੇਕਿਨ 5 ਸਾਲ ਖਤਮ ਹੁੰਦੇ ਹੁੰਦੇ ਉਹ ਫੇਰ ਉਖੜ ਜਾਂਦੇ ਨੇ ਇਸ ਤੋਂ ਨਵਾਂ ਕੀ ਲੈ ਕੇ ਆ ਰਹੇ ਨੇ ਧਰਾਤਲ ਤੇ ਕੀ ਕਰ ਰਹੇ ਨੇ ਕੀ ਵਿਕਾਸ ਹੈ ਨਸ਼ਾ ਜੋ ਨਸ਼ਾ ਹੈ ਕੋਡ ਬਣ ਚੁੱਕਿਆ ਹੈ ਉਸਨੂੰ ਕਿਵੇਂ ਕੱਢਣਗੇ ਪਿੰਡ ਦਾ ਕਿਵੇਂ ਵਿਕਾਸ ਹੋਏਗਾ ਤਾਂ ਗੱਲ ਕਰਦੇ ਹਾਂ ਜਸਕਰਨ ਕੰਗ ਦੇ ਨਾਲ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰ ਜੀ ਸਰਪੰਚੀ ਬਿਗੁਲ ਵੱਜ ਚੁੱਕਿਆ ਹੈ ਜ਼ਿੰਮੇਵਾਰੀ ਮੋਢਿਆਂ ਤੇ ਲਈ ਹੈ ਕੀ ਨਵਾਂ ਲੈ ਕੇ ਆ ਰਹੇ ਹੋ ਪਿੰਡ ਲਈ ਸਭ ਤੋਂ ਪਹਿਲਾਂ ਤਾਂ ਜੀ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਮੈਂ ਸਾਡੇ ਪਿੰਡ ਨੂੰ ਤੇ ਸਾਰੇ ਸਿਰਸਾ ਡਿਸਟ੍ਰਿਕਟ ਦਾ ਹਰਿਆਣਾ ਵਾਸੀਆਂ ਦਾ ਸਾਰੇ ਭਾਰਤ ਵਾਸੀਆਂ ਨੂੰ ਵਧਾਈ ਦੇਣਾ ਚਾਹੁੰਦਾ ਆਉਣ ਵਾਲੇ ਗੁਰਪੁਰਬ ਦੀ ਤੇ ਉਸ ਤੋਂ ਬਾਅਦ ਸਰਪੰਚੀ ਦਾ ਜਿਹੜਾ ਚੋਣਾਂ ਹੋ ਰਿਹਾ ਜੀ ਉਸ ਵਾਸਤੇ ਮੈਂ ਇੱਕ ਅਪੀਲ ਕਰਨੀ ਚਾਹੁੰਦਾ ਸਾਡੇ ਸਾਰੇ ਭਾਈਚਾਰੇ ਨੂੰ ਵੀ ਇਹ ਇਲੈਕਸ਼ਨ 10-20 ਦਿਨਾਂ ਦੀ ਖੇਡ ਹੁੰਦੀ ਹੈ ਅਤੇ ਆਪਾਂ ਇਲੈਕਸ਼ਨ ਜੋ ਇਹ ਲੜ ਰਹੇ ਹਾਂ ਇੱਕ ਰਾਜਨੀਤਿਕ ਤੌਰ 'ਤੇ ਲੜਿਆ ਜਾਵੇ ਨਾ ਕਿ ਲੜਾਈ ਝਗੜੇ ਤੋਂ ਉਸ ਤੋਂ ਮੈਂ ਸਭ ਤੋਂ ਸਾਰੇ ਪਿੰਡਾਂ ਦੇ ਵਾਸੀਆਂ ਨੂੰ ਅਪੀਲ ਕਰਦਾ ਵੀ ਉਸ ਤੋਂ ਬਚਿਆ ਜਾਵੇ ਕਿਉਂਕਿ ਕਈ ਵਿੱਚ ਹਰੇਕ ਪਿੰਡ ਦੇ ਵਿੱਚ 2-4 ਬੰਦੇ ਹੁੰਦੇ ਸ਼ਰਾਰਤੀ ਅਨਸਰ ਜਿਹੜੇ ਉਹ ਲੋਕਾਂ ਨੂੰ ਭੜਕਾ ਕੇ ਕੋਈ ਕੁਛ ਕਹਿ ਕੇ ਗਲਤ ਸ਼ਬਦ ਕਹਿ ਕੇ ਤਾਂ ਉਹ ਲੜਾਈ ਦੇ ਮੁੱਦੇ ਬਣਾਉਂਦੇ ਆ ਇਸ ਕਰਕੇ ਸਭ ਤੋਂ ਪਹਿਲਾਂ ਤਾਂ ਜੀ ਇਹ ਆ ਵੀ ਲੜਾਈ ਪੜ੍ਹਾਈ ਦਾ ਹਰੇਕ ਭੈਣ ਭਰਾ ਬਚਾਵ ਰੱਖੇ ਕਿਉਂਕਿ ਇਲੈਕਸ਼ਨ 10 ਦਿਨਾਂ ਦਾ ਅਤੇ ਆਪਾਂ ਸਾਰਾ ਜ਼ਿੰਦਗੀ ਪਿੰਡ ਦੇ ਵਿੱਚ ਹੀ ਕੱਟਣੀ ਹੁੰਦੀ ਆ ਅਤੇ ਉਸ ਦਾ ਜ਼ਿਆਦਾ ਮਾੜਾ ਅਸਰ ਪੈਂਦਾ ਅਤੇ ਇਹੀ ਕਹਿ ਰਹੇ ਹਾਂ ਜੀ ਇੱਕ ਤਾਂ ਅਪੀਲ ਕਰ ਰਹੇ ਹਾਂ ਸਾਰੇ ਸਾਥੀਆਂ ਨੂੰ ਅਤੇ ਦੂਸਰਾ ਜੋ ਪਿੰਡ ਵਾਸੀਆਂ ਨੇ ਜਿਹੜਾ ਵਿਸ਼ਵਾਸ ਮੈਨੂੰ ਬਣਾ ਰਹੇ ਆ ਸਰਪੰਚ ਵਾਸਤੇ ਮੇਰੇ ਉੱਪਰ ਰੱਖਿਆ ਉਹਦੇ 'ਤੇ ਪੂਰੇ ਉਤਰਾਂਗੇ ਜੀ ਜੋ ਵੀ ਇਹ ਕਹਿਣਗੇ ਸਾਰੇ ਸਾਥੀਆਂ ਨੂੰ ਨਾਲ ਲੈ ਕੇ ਚੱਲਾਂਗੇ ਕੋਸ਼ਿਸ਼ ਇਹ ਰਹੂਗੀ ਵੀ ਮੇਰੇ ਅੰਦਰੋਂ ਕਿਸੇ ਚੀਜ਼ ਦੀ ਕਮੀ ਨਾ ਆਵੇ ਜੀ ਕੀ ਵਿਕਾਸ ਦੇ ਕੰਮ ਸੋਚੇ ਨੇ ਕੀ ਕਰੋਗੇ ਪਿੰਡ ਦੇ ਲਈ ਨਵਾਂ ਕਰੋਗੇ ਦੇਖੋ ਗਲੀਆਂ ਤੇ ਗੁਲਹਾੜਾਂ ਦੀ ਗੱਲ ਤਾਂ ਸਭ ਕਰਦੇ ਨੇ ਹਰ ਸਰਪੰਚ ਦਾ ਇੱਕੋ ਹੀ ਦਾਅਵਾ ਹੁੰਦਾ ਕਿ ਅਸੀਂ ਗਲੀਆਂ ਬਣਾਵਾਂਗੇ ਗਲੀਆਂ ਪੱਕੀਆਂ ਕਰਾਂਗੇ ਲੇਕਿਨ ਇਹ ਸੁਣਦੇ ਸੁਣਦੇ ਪੱਕ ਚੁੱਕੇ ਹਾਂ ਕੀ ਨਵਾਂ ਲੈ ਕੇ ਆਉਂਗੇ ਨਵਾਂ ਤਾਂ ਜੀ ਸਭ ਤੋਂ ਪਹਿਲਾਂ ਤਾਂ ਸਾਡੇ ਇੱਕ ਇੱਥੇ ਨਹਿਰ ਦੇ ਨਾਲ ਕਲੋਨੀ ਆ ਹਰੀਜਨ ਬਸਤੀ ਆ ਜੀ ਉਹਦੇ ਵਿੱਚ ਇੱਕ ਨਹਿਰੀ ਖਾਲਾ ਚੱਲਦਾ ਜੋ ਮੈਂ ਦੇਖ ਕੇ ਆਇਆ ਉੱਥੇ ਉਹਦੀ ਉਹ ਸਾਰੇ ਪਿੰਡ ਵਾਸੀਆਂ ਨੂੰ ਥੋੜ੍ਹੀ ਜਿਹੀ ਜਿਹੜੇ ਕਲੋਨੀ ਵਾਸੀ ਉਹਨਾਂ ਨੂੰ ਦਿੱਕਤ ਆ ਕਿਉਂਕਿ ਉਹਦੇ 'ਚ ਨੀਵਾਂ ਖਾਲਾ ਕੋਈ ਬੱਚਾ ਡਿੱਗਣ ਦੀ ਵੀ ਦਿੱਕਤ ਆ ਸਕਦੀ ਆ ਤਾਂ ਦੂਸਰਾ ਉਹਦੇ 'ਚ ਸਮੈਲ ਬਹੁਤ ਆਉਂਦੀ ਆ ਉੱਥੇ ਗੰਦੀ ਜੀ ਤਾਂ ਉਹ ਸਭ ਤੋਂ ਪਹਿਲਾਂ ਤਾਂ ਉਹ ਹੋਏਗਾ ਵੀ ਉਹ ਸ਼ਮਸ਼ਾਨ ਘਾਟ ਤੋਂ ਲੈ ਕੇ ਸੜਕ ਤੱਕ ਸਾਰੇ ਪਿੰਡ ਦੇ ਸਹਿਯੋਗ ਨਾਲ ਕਲੋਨੀ ਵਾਸੀਆਂ ਦੇ ਸਹਿਯੋਗ ਨਾਲ ਵੀ ਉੱਥੇ ਪਾਈਪਲਾਈਨ ਪਾਈ ਜਾਵੇ ਜਿਹੜਾ ਉੱਥੇ ਕੋਈ ਵੀ ਅਣਹੋਣੀ ਘਟਨਾ ਨਾ ਹੋਵੇ ਅਤੇ ਉਹਦਾ ਉਹ ਕਲੋਨੀ ਵਾਸੀਆਂ ਨੂੰ ਮਤਲਬ ਉਹਦੀ ਕੋਈ ਦਿੱਕਤ ਨਾ ਆਵੇ ਕਿਉਂਕਿ ਉਹਨਾਂ ਦੇ ਕੋਈ ਖੁਸ਼ੀ ਗਮੀ ਹੁੰਦੀ ਹੈ ਤਾਂ ਉੱਥੇ ਦਿੱਕਤ ਕਾਫੀ ਆਉਂਦੀ ਹੈ ਇੱਕ ਤਾਂ ਇਹ ਆ ਜੀ ਸਭ ਤੋਂ ਪਹਿਲਾਂ ਤਾਂ ਦੂਸਰਾ ਸਾਡਾ ਇੱਕ ਪੰਚਾਇਤ ਕਲੋਨੀ ਆ ਜੀ ਪੰਚਾਇਤ ਦੇ ਵਿੱਚ ਕਲੋਨੀ ਕੱਟੀ ਆ ਉੱਥੇ ਜਿਹੜਾ ਵਾਟਰ ਵਰਕਸ ਉਹਦਾ ਪਾਣੀ ਮਤਲਬ ਹਲਕਾ ਉੱਥੇ ਥੱਲੇ ਜੀ ਕਿਉਂਕਿ ਜਿਹੜਾ ਸਾਡਾ ਇੱਧਰ ਨੂੰ ਬਰਾਨ ਬੈਲਟ ਆ ਜਿਹੜਾ ਉੱਧਰ ਨੂੰ ਰਾਜਸਥਾਨ ਸਾਈਡ ਨੂੰ ਜਾਂਦਿਆਂ ਜਾਂਦਿਆਂ ਪਾਣੀ ਹਲਕੇ ਹੋਣ ਲੱਗ ਗਿਆ ਉਹ ਪਾਣੀ ਦੇ ਵਿੱਚ ਜੋ ਵੀ ਆਰ ਓ ਸਿਸਟਮ ਆ ਜਿਹੜਾ ਸਰਕਾਰ ਦੇ ਰਹੀ ਆ
वो कोशिश करके वो ला के भी वो कलोनी वासियों को पानी की दिक्कत ना आए, वो कई तरह की हैपेटाइटिस सी या होर बीमारियां जड़ियां होने की दिक्कत है भी वो आर ओ सिस्टम उत्थे वड्डा वाटर वर्क्स ते लग्या होवे तां कलोनी वासियों को दिक्कत ना आए। एक साडा ये है जी जिवें साडे पिंड दे विच इत्थे प्राइमरी स्कूल आ, कोशिश ये रहूगी भी सारे पिंड दे सहयोग दे नाल भी अगर वो अपना मैट्रिक तक हुंदा तां बहुत वधिया गल, अगर नहीं तां मिडल दी कोशिश आ भी मिडल लैके आवांगे, क्योंकि जदों साडे बच्चे पंजवीं चों बाहर इत्थों जां मौजू खेड़ा जाना पैंदा जां एलांबाद जाना पैंदा जां कुत्तावड जाना पैंदा, उह सरकार नूं उहदा मिल के, क्योंकि इह मौजूदा सरकारां नूं आपां नूं मिलना पऊगा, उहनां नूं मिल के उह स्कूल दे उत्ते जरूर कम होया करिया जाऊगा, क्योंकि जिहड़ियां बच्चियां नूं दिक्कत आउंदी अज कल बच्चियां, मैं सोचदा वी बेटियां नालों लड़कियां नालों लड़कियां ज्यादा अगे आ, अपने डिस्ट्रिक्ट दे विच वेख लो चार लड़कियां जज बनियां सिविल दे विच ते लड़का कोई भी नहीं बनेगा, ते उह सारा पिंड दे सहयोग नाल जिन्ना पिंड वासी मतलब अपना सहयोग करनगे, मैं अद्धी रात हाजर हाँ जी इन्हां वास्ते, भी इह नहीं गा भी मैनूं कोई कार की दिक्कत आ भी मैं घरों लियानी नहीं जां कोई मैनूं भी तेल मैं पल्यों ना फूकां, उह सारा मैं आपदा मतलब आपदे घरों ला के भी नाल चलूंगा पिंड दे अगे। एक साडे जिहड़ी आम एरिए दे विच तुसीं देखिया होणा सारे ही, इह तां सारे अग तां वैसे सारे फैली पई आ उह नशे दी जी, ਉਹ ਇਸ ਤੋਂ ਪਹਿਲਾਂ ਵੀ ਆ ਇਲੈਕਸ਼ਨ ਤੋਂ ਪਹਿਲਾਂ ਵੀ ਸਾਡੀ ਇਹ ਚੱਲੀ ਜਾਂਦੀ ਹੈ ਪਲਾਨਿੰਗ ਵੀ ਹਰੇਕ ਪਿੰਡ ਪੰਜ ਪੰਜ ਦਸ ਦਸ ਹਰੇਕ ਮਤਲਬ ਜ਼ਿਮੀਂਦਾਰਾਂ 'ਚੋਂ ਵੀ ਹਰੀਜਨ ਭਾਈਚਾਰੇ 'ਚੋਂ ਵੀ ਪੰਜ ਚਾਰ ਮੁੰਡੇ ਹਰੀਜਨ ਭਾਈਚਾਰੇ 'ਚੋਂ ਪੰਜ ਚਾਰ ਜ਼ਿਮੀਂਦਾਰਾਂ ਦੇ ਮੁੰਡੇ ਲੈ ਕੇ 10-12 ਮੁੰਡਿਆਂ ਦੀ ਇੱਕ ਕਮੇਟੀ ਬਣਾਈ ਜਾਵੇ ਜੀ, ਭਾਵਾਂ ਉਹ ਮੇਰਾ ਹੀ ਬੱਚਾ ਕਿਉਂ ਨਾ ਹੋਵੇ ਜਾਂ ਕਿਸੇ ਹੋਰ ਦਾ ਵੀ ਆ, ਮੈਂ ਹੋ ਸਕਦਾ ਵੀ ਮਤਲਬ ਸ਼ਬਦ ਕੋਈ ਕਰੜੇ ਵੀ ਹੋਣ ਵੀ ਅਗਰ ਕੋਈ ਵੀ ਬੱਚਾ ਗਲਤ ਕੰਮ ਕਰਦਾ ਨਸ਼ੇ ਪ੍ਰਤੀ, ਹੋ ਸਕਦਾ ਕਈ ਬੱਚੇ ਵੇਚਦੇ ਵੀ ਆਸੇ ਪਾਸੇ ਪਿੰਡਾਂ 'ਚੋਂ ਜਦੋਂ ਪਤਾ ਲੱਗਦਾ ਅਤੇ ਉਹ ਬੱਚਿਆਂ ਨੂੰ ਜੇ ਦੇ ਕੇ ਜਾਂਦੇ ਤਾਂ ਉਹਦੇ 'ਤੇ ਕੰਟਰੋਲ ਕਰਨਾ ਪਹਿਲਾਂ ਸਾਡਾ ਫਰਜ਼ ਆ, ਪੁਲਿਸ ਦੀ ਸਹਾਇਤਾ ਤਾਂ ਬਾਅਦ 'ਚ ਲੈਣੀ ਆ, ਕਈ ਮੰਨ ਲਓ ਉਹ ਹੁੰਦਾ ਵੀ ਜਿਵੇਂ ਕਹਿ ਦਿੰਦੇ ਆ ਵੀ ਅਗਲਾ ਵੀ ਜੇ ਆਪਦਾ ਬੱਚਾ ਤਾਂ ਅਗਲਾ ਆਉਂਦਾ ਉਹਨੂੰ ਬਚਾਅ ਕਰੋ, ਪਰ ਮੇਰੀ ਇਹ ਸੋਚ ਆ ਵੀ ਨਹੀਂ ਹੋਣਾ ਚਾਹੀਦਾ, ਜਿੰਨਾ ਓਪਨਲੀ ਹੋਊਗਾ ਲੋਕ ਅਵੇਅਰ ਹੋਣਗੇ ਉਸ ਚੀਜ਼ ਦਾ ਬਚਾਅ ਕਰਨਾ ਜ਼ਰੂਰੀ ਆ ਜੀ, ਅਤੇ ਹੋਊਗਾ ਪਿੰਡ ਦੇ ਸਹਿਯੋਗ ਨਾਲ, ਕਿਉਂਕਿ ਪਿੰਡ ਆਪਾਂ ਸਹਿਯੋਗ ਕਰਾਂਗੇ ਜੇ ਕੋਈ ਵੀ ਬੰਦਾ ਆਪਣੇ ਪਿੰਡ 'ਚੋਂ ਲਾ ਲਓ ਵੀ ਕੋਈ ਗਲਤ ਕੰਮ ਕਰਦਾ ਜਾਂ ਗਲਤ ਨਸ਼ੇ ਵਾਲੇ ਦੀ ਸਪੋਰਟ ਕਰਦਾ ਤਾਂ ਮੈਂ ਨਹੀਂ ਉਹਦੇ ਹੱਕ 'ਚ ਨਹੀਂ ਖੜੂੰਗਾ ਜੀ, ਕਿਉਂਕਿ ਇਹ ਬੱਚੇ ਸਾਡੇ ਬੱਚੇ ਆ, ਕਿਸੇ ਦੇ ਨਹੀਂ, ਆਉਣ ਵਾਲਾ ਭਵਿੱਖ ਆ ਸਾਡਾ, ਅਤੇ ਇਸ ਵਾਸਤੇ ਸਭ ਤੋਂ ਜਿਹੜਾ ਮੇਨ ਅਹਿਮ ਮੁੱਦਾ ਇਹ ਹੀ ਆ ਜੀ ਸਾਡਾ, ਬਾਕੀ ਗਲੀਆਂ ਨਾਲੀਆਂ ਤਾਂ ਜੋ ਚੱਲੀ ਜਾਂਦੀਆਂ ਉਹ ਰੂਟੀਨ ਦੇ ਵਿੱਚ ਕੰਮ ਆ ਜੀ, ਕੋਈ ਪੱਟੀ ਗਈ ਕੋਈ ਨਵੀਂ ਬਣ ਗਈ, ਵੈਸੇ ਪਹਿਲਾਂ ਵਾਲੇ ਸਰਪੰਚ ਸਾਹਿਬ ਨੇ ਸਾਡੇ ਵਧੀਆ ਗਲੀਆਂ ਦੀ ਕੋਈ ਦਿੱਕਤ ਨਹੀਂ ਗੀ, 100% ਗਲੀਆਂ ਵਾਲਾ ਕੰਮ ਹੋਇਆ ਹੋਇਆ, ਅਤੇ ਹੋਰ ਵੀ ਜਿੰਨਾ ਵੀ ਮਤਲਬ ਮਿਲ ਕੇ ਆਪਦੇ ਨੂੰ ਸਰਕਾਰ ਦੇ ਨਾਲ ਜੋ ਕਮਰੇ ਦੀ ਗਰਾਂਟਾਂ ਜਾਂ ਕੋਈ ਵਿਆਹ ਲੜਕੀਆਂ ਦੇ ਸ਼ਗਨ ਦੀ ਸਕੀਮ ਆ ਉਹ ਪੂਰਾ ਵੱਧ ਤੋਂ ਵੱਧ ਜਿੰਨਾ ਹੋ ਸਕਿਆ ਵੱਧ ਤੋਂ ਵੱਧ ਸਹਿਯੋਗ ਕਰਾਂਗੇ ਜੀ ਪਿੰਡ ਦਾ, ਪਿੰਡ ਵਾਸਤੇ ਅੱਧੀ ਰਾਤ ਹਾਜ਼ਰ ਹਾਂ, ਅਤੇ ਜੋ ਵੀ ਪਿੰਡ ਵਾਲੇ ਡਿਊਟੀ ਲਾਉਣਗੇ ਉਹਦੇ ਵਾਸਤੇ ਕੋਈ ਦਿੱਕਤ ਨਹੀਂ ਆਊਗੀ ਮੇਰੇ ਨੂੰ। ਕੰਗ ਸਾਹਿਬ ਇੱਕ ਦੇਖਣ ਨੂੰ ਮਿਲਿਆ ਵੀ ਦੇਖੋ ਬੇਰੋਜ਼ਗਾਰੀ ਹਰ ਜਗ੍ਹਾ ਤੇ, ਹਾਂਜੀ ਬੇਰੋਜ਼ਗਾਰੀ ਦੇ ਕਾਰਨ ਦੇਖਿਆ ਗਿਆ ਕਿ ਬੱਚੇ ਨਸ਼ਿਆਂ ਵੱਲ ਵੀ ਜਾ ਰਹੇ ਆ, ਠੀਕ ਹੈ ਪਿੰਡ ਦੇ ਵਿੱਚ ਕੋਈ ਸਿਸਟਮ ਨਾ ਹੋਣ ਕਰਕੇ ਕੋਈ ਖੇਡਾਂ ਦੀਆਂ ਗਰਾਂਟਾਂ ਨਹੀਂ ਆਉਂਦੀਆਂ ਨੇ, ਅਗਰ ਗਰਾਂਟਾਂ ਹੈ ਤਾਂ ਖੇਡ ਲਈ ਕੋਈ ਸਥਾਨ ਨਹੀਂ ਹੈ, ਉਸ ਲਈ ਪਿੰਡ ਦੇ ਨੌਜਵਾਨਾਂ ਦੇ ਲਈ ਕੀ ਪਹਿਲ ਕਰੋਗੇ ਕਿ ਸਿਹਤ ਵੀ ਬਣੀ ਰਹੇ ਨਸ਼ਿਆਂ ਤੋਂ ਵੀ ਦੂਰ ਹੋਵੇ ਅਤੇ ਸਭ ਤੋਂ ਅਗਰ ਬੱਚਾ ਖੇਡਾਂ ਵਿੱਚ ਦੰਦ ਜਾਂਦਾ ਦੇਖੋ ਕਿਤੇ ਨਾ ਕਿਤੇ ਬੇਰੋਜ਼ਗਾਰੀ ਹਟਦੀ ਆ, ਉਸ ਲਈ ਨਵਾਂ ਕੀ ਆ? ਉਸ ਲਈ ਨਵਾਂ ਇਹ ਆ ਜੀ ਸਾਡੇ ਪਿੰਡ ਦੇ ਵਿੱਚ ਜਿਹੜੀ ਪੰਚਾਇਤੀ ਜ਼ਮੀਨ ਦੇ ਵਿੱਚ ਕਲੋਨੀ ਬਣੀ ਆ ਉਹਦੇ ਨਾਲ ਹੀ ਪਹਿਲਾਂ ਵਾਲੇ ਸਰਪੰਚ ਸਾਹਿਬ ਨੇ ਇੱਕ ਤਿੰਨ ਚਾਰ ਕਿੱਲੇ ਏਕੜ ਦੇ ਵਿੱਚ ਸਟੇਡੀਅਮ ਬਣਾਇਆ ਸੀਗਾ। ਸਟੇਡੀਅਮ ਉਹ ਚਲੋ ਮਤਲਬ ਤੁਹਾਨੂੰ ਪਤਾ ਵੀ ਗਰਾਂਟਾਂ ਘੱਟ ਆਉਂਦੀਆਂ ਦਿੱਕਤ ਆਉਂਦੀ ਆ, ਉਹਨੂੰ ਸਟੇਡੀਅਮ ਨੂੰ ਸਾਡੀ ਇਹ ਪਹਿਲ ਆ ਵੀ ਸਟੇਡੀਅਮ ਸਭ ਤੋਂ ਪਹਿਲਾਂ ਤਿਆਰ ਕਰਿਆ ਜਾਵੇ, ਉਹਦੇ ਵਿੱਚ ਵੀ ਸਾਨੂੰ ਨੌਜਵਾਨ ਜਿਹੜੀ ਸਾਡੀ ਪੀੜ੍ਹੀ ਆ ਉਹਦਾ ਬਹੁਤ ਜ਼ਿਆਦਾ ਸਹਿਯੋਗ ਦੀ ਲੋੜ ਆ, ਜਿੰਨਾ ਉਹ ਜ਼ਿਆਦਾ ਸਾਨੂੰ ਸਹਿਯੋਗ ਦੇਣਗੇ ਅਤੇ ਸਰਕਾਰ ਨੇ ਜੋ ਵੀ ਫੈਸਿਲਿਟੀ ਅਵੇਲੇਬਲ ਹੋਊਗੀ ਉਹ ਅਸੀਂ ਜ਼ਿਆਦਾ ਤੋਂ ਜ਼ਿਆਦਾ ਕਰਾਂਗੇ, ਕਰਕੇ ਸਟੇਡੀਅਮ ਤਿਆਰ ਕਰਕੇ ਬੱਚਿਆਂ ਨੂੰ ਗੇਮ ਦੇ ਵਿੱਚ, ਉਸ ਤੋਂ ਬਾਅਦ ਸਰਕਾਰ ਦੇ ਅਗਰ ਸਰਕਾਰ ਇਹ ਮਤਲਬ ਸਰਕਾਰ ਨੇ ਹੋਇਆ ਵੀ ਕੋਈ ਕੋਚ ਅਵੇਲੇਬਲ ਹੋਵੇ, ਸਾਡੇ ਇੱਥੇ ਪਿੰਡ ਦੇ ਵਿੱਚ ਇੱਕ ਆਪਣਾ ਲੜਕਾ ਜੀਵਨ ਨਗਰ ਕੋਚਿੰਗ ਕਰਵਾ ਰਿਹਾ ਹਾਕੀ ਦੀ, ਬਹੁਤ ਵਧੀਆ ਕੋਚ ਹੈ, ਉਹਨਾਂ ਨੂੰ ਫੁੱਲ ਸਹਿਯੋਗ ਆ, ਕਿਉਂਕਿ ਜਿਹੜਾ ਉਹ ਉਹਨਾਂ ਨੇ ਬੱਚੇ ਤਿਆਰ ਸਾਡੇ ਪਹਿਲਾਂ ਫੁੱਟਬਾਲ ਦੇ ਵਿੱਚ ਵੀ ਕਰੇ ਆ, ਕ੍ਰਿਕਟ ਦੇ ਵਿੱਚ ਵੀ ਕਰੇ ਆ, ਇੰਟਰਨੈਸ਼ਨਲ ਲੈਵਲ ਦੇ ਉਹਦੇ ਜਿਹੜੇ ਬੱਚੇ ਤਿਆਰ ਕਰੇ ਖੇਡਦੇ ਆ, ਅਤੇ ਅਸੀਂ ਚਾਹੁੰਦੇ ਹਾਂ ਵੀ ਉਸ ਲੜਕੇ ਨੂੰ ਆਪਦੀ
जो भी चलो वो सैलरी होगी पिंड अन्नियों या सरकार अन्नियों जो बनती वह दे के तो उसका बच्चों साड्या कोचिंग मिले। असी तो यह सोचते हैं भी साढ़े 200 बच्चा या 300 बच्चा छोटा वो एक बच्चा भी निकल जाए स्टेट लेवल से जां इंटरनेशनल लेवल से खेड जाए कितने तो सारे पिंड का नाँ रोशन होंदा जी। सब तो ज़्यादा उस पर भी काम कराया जाऊगा। तो दूसरी यह है भी पंजाब दे विच एक मेरा दोस्त भी है तो रिश्तेदारी भी साड़ी थोड़ी दूर की पैंदी आ सक्कां वाली पिंड है जी मुक्तसर डिस्ट्रिक्ट दे विच उत्थे चरणजीत सिंह संधु आ सरपंच मौजूद उन्हें दो प्लान लगातार वो सरपंच रहा। वो पिंड अगर आप जाके देखिए तो पंजाब का पहले नंबर का पिंड है जी। पंजाब दे विच उन्हूं राष्ट्रपति अवार्ड भी मिलया होया। उसने जो छप्पड़ सी उत्थे उहदा पार्क बना के ते सारे पिंड दे साइडां ते जिन्ने भी दरख्त ला के जो मोडीफाई करे आ जिन्ने अपनियां गलियां गलियां दे विच मतलब वड्डे शीशे लगे आ भी कोई हादसा ना होवे मुड़न वास्ते। मेरी वो सोच आ भी उत्थों देख के जेकर पिंड ने मेरे नूं माण बख्शिया तो जरूर उस दे उत्ते मतलब जे 100 नहीं कह सकदा तो मतलब 70-80% तो मैं पूरा उतरूंगा जी उसते। हाँ जी हाँ जी सत श्रीकाल जी। हाँ जी सरपंच साहब जसकरन कंग सरपंच पद के उम्मीदवार ने पिंड के विकास दियां गल्लां हो रही ने की लगता है किन्ना क खरा उतरनगे? जसकरन सिंह जो बहुत ही होनहार बच्चा है जी सारे पिंड ने इन सोच समझ के अगे लिया है। काफ़ी लंबे समय तो यह एक्टिव है सोशल वर्कर के हर एक तरह के सांझे कामों के हिस्सा लेंदा मुंडा। ये एक ऐसा कैंडीडेट है जिहड़ा लगभग तय सीगा लेकिन चलो फिर भी पिंडां दे विच राजनीति हुंदी है उहदी इह भेट चढ़ गया। बाकी सारा भाईचारा इहदे नाल है हर एक बरादरी जिन्नियां साडे पिंड दे विच हैगियां उहदे नाल ने सारियां। उस तों इलावा इह बंदा एवें दा है भी जो उत्ते तक अपनी पहुँच भी रखदा है राजनीतिक लिंक भी हैगे है ते सरपंची करन वास्ते बंदे नूं इक हर एक तरह की फाइनैशियल राजनीति हर एक तरह की पावर बंदे दे कोले जरूरी है। वह बंदा कामयाब हो सकदा है हर बंदे दे वस दा काम नहीं गा सरपंची करना जी। इसलिए असं कहने भी जसकरन सिंह कंग बहुत ही लायक है इस चीज़ के ये पिंड के विकास करवा सकता पिंड के काम अगे करवाएगा वो तो वह असं ये तो उम्मीद करते हैं। ठीक सत श्रीकाल जी। हाँ जी की नाम है तुहाडा? जगराज। हाँ जी की मनते हो पिंड के लिए कौन होनहार है सरपंची के लिए? आई है जी करन सिंह जी। की उम्मीद लगती है कि तुहाडी आवाज चक्केगा? की खासियत लगती है जसकरन के अंदर? चकूगा जी। खासियत की लगती है जी? सही है जी चकूगा जी मेरा जो अपना दबका है गरीबां दी आवाज है लगता है कि बुलंद करनगे? हां जी करनगे। ठीक है जी। हां जी की नाम है तुहाडा? चानन सिंह सिद्धू है जी। जसकरन बारे की कहना चाहते हो सपोर्ट दे रहे हो दावेदार ने किन्ना के सपने साकार करने जी? जो ये कैंडीडेट है जसकरन सिंह कंग ये बहुत टाइम तो किसान मजदूर की आवाज उठा रहे है जी। किसानी अंदोलन दे विच इन्हें ड्यूटियां निभाईयां पिंड दे विचों मुंडियां नूं इकट्ठे करके अवेयर भी किया किसानी अंदोलन लई और साडा जो किसान मजदूर भाईचारा है इन्हां दा इहदे नाल बहुत ज़्यादा सहयोग है। शुरू तो यह सीगा कि ये जो जसकरन सिंह है साडी आवाज़ चुकूगा और चकदा रहा है और सानूं इस तो बहुत ज़्यादा उम्मीदा है कि जो ये गल कहिंदा है वह करदा भी है पहलां भी करदा रहा और अगे तो भी करूगा। ठीक है। की नाम है तुहाडा? मेरा नाम है जी गुरु विश्वास। हाँ जी तुसी की विश्वास जताया जसकरन ते की वादे लेके तुसी नाल चले हो? एवें है जी जसकरन सिंह नूं असीं किसानी अंदोलन तो बड़ा चंगा नेड़े तो वेख्या है। इन्हां ने जो मेहनत कीती है असीं सारे पिंड ने पार्टीबाजी तो उत्ते उठ के जिहड़ियां पहलों पुरानियां पार्टीबाजी सी उत्तों उत्ते उठ के इहदा सहयोग कीता। ते कुछ क लोक हले साडे तो पासे आ सानूं उम्मीद है भी इलेक्शन तक वह भी साढ़े नाल आ जाएंगे तो जसकरन का एक तरफा माहौल है। बाकी साडा मेन मुद्दा जिहड़ा अज नशे के खिलाफ असीं चाहुंदे आ भी साडा सहयोग देणगे साडे नाल पहलों भी गल करदे भी आपां नशे के खिलाफ कोई मुहिम छेड़ीए तो वह असीं आपदा प्लैन करके जो भी होया पिंड लेवल ते जरूर करांगे। ते हुण मन लो कहिंदे आ भी आपां कह दिंदे आ बेरोजगारी जदों कोई नौजवान बचूगा ही ना तो नौकरियां किनूं देवांगे? हाँ जी मेन साडा नशे दे उत्ते फोकस रहूगा नशे नूं रोकिया जावे। तो बाकी उम्मीद है भी सारियां बरादरियां साडे नाल है ते जसकरन सिंह भारी मतां नाल सरपंच बनणगे जित के। हाँ जी वीर जी की नाम है तुहाडा? राजू है जी मेरा। की काम करदे हो? मैं कोयले भट्टी ते काम करदा हां। ठीक है जसकरन सरपंच पद लई अपनी बाजी ठोक चुके ने ताल बजा चुके ने किन्नी उम्मीद है जसकरन? जसकरन सिंह तो बहुत उम्मीद है जी सानू
ਪਿੰਡ ਦਾ ਵਿਕਾਸ ਕਰਨਗੇ ਜੀ, ਪੜ੍ਹੇ ਲਿਖੇ ਬੰਦੇ ਹੈ, ਉੱਪਰ ਤੇ ਪਹੁੰਚ ਰੱਖਦੇ ਆ ਜੀ, ਇਹੀ ਵਿਕਾਸ ਹੈ ਜੀ, ਬਹੁਤ ਵਧੀਆ ਜੀ। ਕੀ ਅਜਿਹਾ ਕੰਮ ਹੈ ਜੋ ਤੁਹਾਡੇ ਪਿੰਡ ਦਾ ਪੈਂਡਿੰਗ ਪਿਆ, ਸੋਚ ਸਕਦੇ ਹੋ ਵੀ ਇਹਨੂੰ ਜਸਕਰਨ ਪੂਰਾ ਕਰੇਗਾ? ਜਸਕਰਨ ਸਿੰਘ ਨੇ ਕੰਮ ਤਾਂ ਬਹੁਤ ਵਧੀਆ ਕਰਿਆ ਜੀ, ਪੂਰਵ ਸਰਪੰਚ ਕੇਵਲ ਸਿੰਘ ਨੇ ਸਰਪੰਚ ਕਿਵੇਂ ਕੰਮ ਬਹੁਤ ਕਰੇ ਸਾਡੇ, ਇਹੋ ਸਾਨੂੰ ਪੂਰੀ ਉਮੀਦ ਹੈ ਵੀ ਜੋ ਬਾਕੀ ਕੰਮ ਰਿਹਾ ਜਸਕਰਨ ਸਿੰਘ ਕਰਨਗੇ। ਮੇਰਾ ਨਾਮ ਜੀ ਗੁਰਪ੍ਰੀਤ ਸਿੰਘ ਹੈ। ਕੀ ਕਰ ਰਹੇ ਹੋ ਗੁਰਪ੍ਰੀਤ ਜੀ? ਜੀ ਮੈਂ ਐਗਰੀਕਲਚਰ ਗ੍ਰੈਜੂਏਟ ਹਾਂ ਤੇ ਹੁਣ ਅਸੀਂ ਵੀ ਆਪਦਾ ਬਿਜ਼ਨਸ ਕਰ ਰਹੇ ਹਾਂ। ਠੀਕ ਹੈ, ਜਸਕਰਨ ਤੇ ਕਿੰਨੀ ਹੋਪ ਆ, ਕੀ ਕਰ ਸਕਦੇ ਆ ਨਵਾਂ? ਜੀ ਬਹੁਤ ਹੋਪ ਹੈ ਜੀ, ਡਿਜ਼ਰਵਿੰਗ ਕੈਂਡੀਡੇਟ ਆ, ਸਭ ਤੋਂ ਮੇਨ ਗੱਲ ਤਾਂ ਇਹ ਹੈ। ਤੇ ਹੁਣ ਤੋਂ ਪਹਿਲਾਂ ਵੀ ਕਿਸਾਨੀ ਅੰਦੋਲਨ ਦੇ ਵਿੱਚ ਇਹਨਾਂ ਦਾ ਬੜਾ ਯੋਗਦਾਨ ਰਿਹਾ, ਤੇ ਹੁਣ ਵੀ ਜਦੋਂ ਕਹਿ ਰਿਹਾ ਜੋ ਬੰਦਾ ਸੱਦ ਰਿਹਾ ਉਹਨਾਂ ਦੇ ਨਾਲ ਖੜਿਆ, ਕੋਈ ਹੁਣ ਤੱਕ ਤਾਂ ਕੋਈ ਦਿੱਕਤ ਨਹੀਂ ਆ ਰਹੀ। ਹਾਂਜੀ ਇਹੀ ਹੈ। ਕਿਸਾਨੀ ਦੀ ਗੱਲ ਹਮੇਸ਼ਾ ਜਸਕਰਨ ਦੇ ਨਾਲ ਰਹੀ ਆ, ਅਸੀਂ ਖੁਦ ਆਪਣੇ ਚੈਨਲਾਂ ਤੇ ਇਹਨਾਂ ਨੂੰ ਕਵਰ ਕੀਤਾ। ਸਰਕਾਰਾਂ ਕਿਤੇ ਨਾ ਕਿਤੇ ਇਸ ਚੀਜ਼ ਦੇ ਖਿਲਾਫ ਆ, ਬੀਜੇਪੀ ਪਰ ਤੱਕ ਹਾਂ। ਅਗਰ ਅੱਜ ਜਸਕਰਨ ਨੂੰ ਕਿਸਾਨੀ ਦੇ ਨਾਂ ਤੇ ਆਪਾਂ ਸਪੋਰਟ ਕਰ ਰਹੇ ਹਾਂ ਵੀ ਕਿਸਾਨੀ ਦਾ ਚਿਹਰਾ ਰਿਹਾ, ਕਿਤੇ ਨਾ ਕਿਤੇ ਸਰਕਾਰ ਦੇ ਹੱਥ ਖਿੱਚਦੇ ਹੋਏ ਦਿਖਾਈ ਦੇ, ਤਾਂ ਕੋਈ ਗਿਲਾ ਸ਼ਿਕਵਾ ਹੈ ਜਸਕਰਨ ਦੇ ਨਾਲ ਵੀ ਇੱਥੇ ਪਿੰਡ ਦਾ ਵੀਕ ਪੁਆਇੰਟ ਆ? ਨਹੀਂ ਹਜੇ ਤੱਕ ਤਾਂ ਜੀ ਕੋਈ ਵੀਕ ਪੁਆਇੰਟ ਨਹੀਂ ਆਇਆ ਗਾ, ਪਿੰਡ ਦਾ ਏਕਾ ਬਹੁਤ ਰਿਹਾ ਜੀ, ਵੀ ਹੁਣ ਤਾਈ ਜਦੋਂ ਵੀ ਕਿਸਾਨੀ ਅੰਦੋਲਨ ਰਿਹਾ ਸਾਡਾ ਪਿੰਡ ਵੀ ਸਾਰਾ ਇਕੱਠਾ ਹੀ ਰਿਹਾ, ਤੇ ਉਹਨਾਂ ਨੂੰ ਲੀਡ ਵੀ ਇਹਨਾਂ ਨੇ ਕੀਤਾ। ਗਿਲਾ ਸ਼ਿਕਵਾ ਜੀ ਹਜੇ ਤੱਕ ਤਾਂ ਸਾਡੇ ਅੱਗੇ ਕੋਈ ਨਹੀਂ ਆਏਗਾ, ਤੇ ਸਾਨੂੰ ਉਮੀਦ ਹੈ ਅੱਗੇ ਵੀ ਕੋਈ ਨਹੀਂ ਆਊਗਾ। ਹਾਂਜੀ ਖੁਦ ਨੌਜਵਾਨ ਹੋ, ਅੱਗੇ ਲੱਗ ਰਿਹਾ ਕਿ ਨੌਜਵਾਨਾਂ ਲਈ ਕੁਛ ਨਵਾਂ ਲੈ ਕੇ ਆਉਣਗੇ ਤੇ ਤੁਹਾਡੇ ਸੁਪਨੇ ਸਾਕਾਰ ਹੋਣਗੇ? ਹਾਂਜੀ ਜ਼ਰੂਰ, ਜੋ ਸਭ ਤੋਂ ਜੋ ਜੀ ਦੋ ਮੇਨ ਪੁਆਇੰਟ ਹੈ ਜਿਨ੍ਹਾਂ ਤੇ ਅੱਜ ਤੱਕ ਵੀ ਰਾਜਨੀਤੀ ਹੋ ਰਹੀ ਹੈ, ਇੱਕ ਤਾਂ ਜੀ ਐਜੂਕੇਸ਼ਨ, ਦੂਸਰਾ ਹੈਲਥ। ਐਜੂਕੇਸ਼ਨ ਹੈਲਥ ਵਾਸਤੇ ਜੀ ਹਜੇ ਸਰਪੰਚੀ ਸ਼ੁਰੂ ਨਹੀਂ ਹੋਏਗੀ, ਤੇ ਇਹਨਾਂ ਨੇ ਪਹਿਲਾਂ ਹੀ ਇੱਕ ਕੈਂਪ ਲਵਾ ਚੁੱਕੇ ਆ ਜਿਹਦੇ ਵਿੱਚ ਸਾਰੇ ਪਿੰਡ ਦਾ ਸਹਿਯੋਗ ਰਿਹਾ, ਤੇ ਬਹੁਤ ਮਤਲਬ ਲੋਕ ਉੱਥੇ ਪਹੁੰਚੇ ਤੇ ਫ੍ਰੀ ਟੈਸਟ ਹੋਏ ਉਹਨਾਂ ਦੇ। ਤੇ ਐਜੂਕੇਸ਼ਨ ਵਾਸਤੇ ਜੀ ਸਭ ਤੋਂ ਜੋ ਇੱਕ ਮੇਨ ਸਭ ਤੋਂ ਚੰਗੀ ਗੱਲ ਲੱਗੀ ਵੀ ਹਜੇ ਤੱਕ ਆਪਣੀ ਸਰਪੰਚੀ ਸ਼ੁਰੂ ਵੀ ਨਹੀਂ ਹੋਈ, ਤੇ ਇਹ ਲਾਇਬ੍ਰੇਰੀ ਬਾਰੇ ਵੀ ਸੋਚ ਰਹੇ ਆ ਪਿੰਡ ਦੀ, ਤੇ ਉੱਥੇ ਜੇ ਸਾਰੇ ਪਿੰਡ ਦਾ ਸਹਿਯੋਗ ਰਹਿੰਦਾ ਤੇ ਇੱਕ ਲਾਇਬ੍ਰੇਰੀ ਵੀ ਸ਼ਾਇਦ ਆਪਣੇ ਪਿੰਡ ਚ ਆ ਸਕਦੀ ਹੈ, ਤੇ ਉਹ ਬੱਚਿਆਂ ਵਾਸਤੇ ਬਹੁਤ ਲਾਭਦਾਇਕ ਹੋਊਗੀ ਜੀ। ਤੁਹਾਡੀ ਫੁੱਲ ਸਪੋਰਟ ਆ? ਹਾਂਜੀ ਸਾਰੇ ਪਿੰਡ ਦੀ ਸਪੋਰਟ ਹੈ ਜੀ, ਸਾਡੀ ਕੱਲੀ ਸਪੋਰਟ ਨਹੀਂ ਗੀ, ਵੀ ਹੋ ਸਕਦਾ ਵੀ ਦੋ ਚਾਰ ਬੰਦੇ ਨਾਰਾਜ਼ ਹੋਣ ਤੇ ਉਹ ਵੀ ਸਾਡੇ ਨਾਲ ਵੀ ਆ ਜਾਣਗੇ, ਪਰ ਫੁੱਲ ਸਪੋਰਟ ਹੈ ਜੀ ਸਾਨੂੰ ਤਾਂ। ਠੀਕ ਹੈ। ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ? ਇੰਦਰਜੀਤ ਸਿੰਘ ਨਾਮ ਹੈ ਮੇਰਾ ਜੀ। ਹਾਂਜੀ ਇੰਦਰਜੀਤ, ਕੀ ਕਹਿਣਾ ਚਾਹੁੰਦੇ ਹੋ ਜਸਕਰਨ ਲਈ, ਕਿੰਨੀ ਕੁ ਉਮੀਦਾਂ ਤੇ ਖਰੇ ਉਤਰਨਗੇ? ਉਮੀਦ ਸਭ ਨੂੰ ਹੀ ਹੈ, ਅੱਗੇ ਵੀ ਖਰੇ ਉਤਰਦੇ ਰਹੇ ਹੁਣ ਵੀ ਉਤਰਨਗੇ। ਸਰਪੰਚ ਦਾ ਅਰਥ ਅਸਲ ਸਮਾਂ, ਜੋ ਬੰਦਾ ਸਮਾਂ ਦੇ ਸਕਦਾ ਉਹ ਹੀ ਸਰਪੰਚੀ ਕਰ ਸਕਦਾ। ਮੇਰੇ ਵੀਰ ਨੇ ਇੱਕ ਸਾਲ ਸਮਾਂ ਦਿੱਤਾ ਕਿਸਾਨ ਅੰਦੋਲਨ ਨੇ, ਸਭ ਜਾਣਦੇ ਹੋ, ਉਹਨਾਂ ਨਾਲ ਟਾਈਮ ਤੇ ਸਮਾਂ ਦੇਊਗਾ। ਠੀਕ ਹੈ, ਪੂਰੀਆਂ ਉਮੀਦਾਂ ਨੇ, ਬਹੁਤ ਉਮੀਦ, ਫੁੱਲ ਸਪੋਰਟ। ਹਾਂਜੀ ਬਜ਼ੁਰਗੋ ਕੀ ਕਹਿਣਾ ਚਾਹੁੰਦੇ ਹੋ ਜਸਕਰਨ ਲਈ, ਕੀ ਉਮੀਦਾਂ ਲੈ ਕੇ ਚੱਲੇ ਹੋ ਤੇ ਕਿਉਂ ਹੀ ਉਮੀਦਾਂ ਜਸਕਰਨ ਤੇ ਕਾਇਮ ਹੈ ਕਿ ਜਸਕਰਨ ਪਿੰਡ ਦੇ ਉਮੀਦਾਂ ਤੇ ਖਰਾ ਉਤਰੇਗਾ? ਜਸਕਰਨ ਇੱਕ ਮਤਲਬ ਨੌਜਵਾਨ ਨਵੀਂ ਸੋਚ ਦਾ ਪਹਿਰਾ ਦੇਣ ਵਾਲਾ ਲੜਕਾ ਹੈ, ਸਾਨੂੰ ਇਸ ਤੋਂ ਬਹੁਤ ਉਮੀਦ ਹੈ, ਕਿਉਂ ਬਾਕੀ ਇਹਦੇ ਅਸੀਂ ਰਿਜ਼ਲਟ ਦੇਖੇ ਨੇ ਪਿੱਛੇ ਜਿਹੜਾ ਕਿਸਾਨੀ ਅੰਦੋਲਨ ਦੇ ਵਿੱਚ ਇਹਨੇ ਜਿੰਨਾ ਅੱਗੇ ਲੱਗ ਕੇ ਅਤੇ ਬਹੁਤ ਤਨਦੇਹੀ ਨਾਲ ਕੰਮ ਕੀਤਾ ਹੈ, ਅਤੇ ਹੁਣ ਅਸੀਂ ਇਹਨੂੰ ਇਸ ਵਾਸਤੇ ਅੱਗੇ ਲਿਆ ਰਹੇ ਹਾਂ ਕਿ ਸਾਡੇ ਪਿੰਡ ਦੇ ਵਿੱਚ ਜੋ ਵੀ ਮਤਲਬ ਕੰਮ ਹੋਣ ਵਾਲੇ ਨੇ ਜਾਂ ਸਾਡੇ ਨੌਜਵਾਨਾਂ ਨੂੰ ਨਵੀਂ ਸੇਧ ਦੇਣ ਵਾਸਤੇ ਇਹ ਸਾਨੂੰ ਵਧੀਆ, ਸਭ ਤੋਂ ਵਧੀਆ ਚਿਹਰਾ ਲੱਗਿਆ, ਅਤੇ ਸਾਨੂੰ ਇਸ ਤੋਂ ਬਹੁਤ ਉਮੀਦਾਂ ਨੇ। ਅਤੇ ਇੱਕ ਪਿਛੋਕੜੇ ਦਾ ਜਿਹੜਾ ਫੌਜੀ ਦਾ ਬੱਚਾ, ਫੌਜੀ ਜਿਹੜੇ ਹੁੰਦੇ ਨੇ ਉਹ ਫੌਜੀ ਦਾ ਖੂਨ ਹੁੰਦਾ ਜਿਹੜਾ, ਉਹ ਫੌਜੀਆਂ ਵਾਲਾ ਹੀ ਹੁੰਦਾ, ਉਹ ਸਾਨੂੰ ਤਾਂ ਇਸ ਕਰਕੇ ਵੀ ਬਹੁਤ ਉਮੀਦ ਹੈ। ਬਾਕੀ ਦੂਜੀ ਇਸੇ ਇਹਦੇ ਗੁਣਾ ਕਰਕੇ ਤਕਰੀਬਨ ਸਾਰਾ ਪਿੰਡ, ਕੁਛ ਤਾਂ ਮੇਰੇ ਵਰਗੇ ਲੋਕ ਹੁੰਦੇ ਨੇ ਜਿਹੜੇ ਕੁਛ ਸਾਡਾ ਵੀ ਮਤਲਬ ਉਹਦਾ ਵਜ੍ਹਾ ਕਰਕੇ, ਭਾਵੇਂ ਕੁਛ ਦੋ ਚਾਰ ਲੋਕ ਹੈਗੇ ਨੇ ਉਹਨਾਂ ਨੂੰ ਅਸੀਂ ਮਨਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ, ਉਹ ਵੀ ਸ਼ਾਇਦ ਸਾਡੇ ਨਾਲ ਤਕਰੀਬਨ 90% ਪਿੰਡ ਜਿਹੜਾ ਇਹਦੇ ਨਾਲ ਹੈ ਹਰ ਤਰ੍ਹਾਂ। ਬਾਕੀ ਕੁਛ ਤਾਂ ਇਹ ਜਾਣਕਾਰ ਹੈ, ਕੁਛ ਇਹਨੂੰ ਅਸੀਂ ਦੱਸਦੇ ਰਹਾਂਗੇ, ਸਾਨੂੰ ਇਹ ਤੋਂ ਸਾਰੇ ਕੰਮਾਂ ਦੀ ਉਮੀਦ ਹੈ ਪਿੰਡ ਦੇ ਵਿੱਚ, ਸਾਰਾ ਸਾਡੇ ਪਿੰਡ ਨੂੰ ਅੱਗੇ ਲੈ ਕੇ ਜਾਏਗਾ, ਸਾਡੇ ਪਿੰਡਾਂ ਦੇ ਪਿੰਡ ਦੇ ਜਿੰਨੇ ਨੌਜਵਾਨ ਆ ਉਹਨਾਂ ਨੂੰ ਨਵੀਂ ਸੇਧ ਦੇ ਕੇ ਇਲਾਕੇ ਦੇ ਵਿੱਚ ਇੱਕ ਮਿਸਾਲ ਪੈਦਾ ਕਰੇਗਾ, ਸਾਨੂੰ ਇਸ ਤੋਂ ਉਮੀਦ ਹੈ। ਹਾਂਜੀ ਪਿੰਡ ਵਿੱਚ ਕਿੰਨੀਆਂ ਕੁ ਟੋਟਲ ਵੋਟਾਂ ਨੇ? ਉਹ 536 ਵੋਟ ਹੈ ਜੀ। ਤੇ ਕਿੰਨੀ ਕੁ ਲੱਗਦਾ ਹੈ ਜਸਕਰਨ ਨੂੰ ਕਿੰਨੀ ਕੁ ਵੋਟ ਪੈ ਸਕਦੀ ਹੈ? ਅਸੀਂ ਤਾਂ ਮਤਲਬ 80% ਸਮਝਦੇ ਹਾਂ, 80% ਸਮਝਦੇ ਹਾਂ, ਬਾਕੀ ਮਤਲਬ ਫਿਰ ਜਿੱਤ ਤਾਂ ਪੱਕੀ ਹੈ, ਜਿੱਤ ਪੱਕੀ। ਠੀਕ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਬਜ਼ੁਰਗੋ ਕੀ ਨਾਮ ਹੈ ਤੁਹਾਡਾ? ਵਿਜੇ ਕੁਮਾਰ।
हाँ जी जसकरन लिए की कहना चाहते हो कि उम्मीद है ते की तो लगता है पिंड का जो पछड़िया हुए काम है जो जसकरन से उम्मीद है ये पिछड़े काम जो पहले तो कम हुए पे है बाकी जो रेंदे ना मैं पूरी उम्मीद है वो पिछले काम सारे पूरे हो गए ठीक है जी जसकरन से पूरी उम्मीद है पूरी उम्मीद है वोट जसकरन नु ही है वोट जसकरन नु नौजवान पढ़िया लिखिया है बाकी किसानी जिहड़े अंदोलन बहुत सहयोग दिता है पिंड दे नाल नूं नहीं अवेयर किया इन्हे दूसरा जेड़ा साड़ा एरिया सी जिदा रानिया हलका उधरों भी इन्हें बड़े मतलब पिंडा दे विचों बंदियां ना कॉन्टैक्ट करके खड़िया इन्हें बहुत मुंडा जेड़ा मेहनती आ इसे तो असीं ये भी रखते हैं भी साडे पिंड नूं बहुत अगे लैके जावे सारे जिस करन दीआं अच्छाइयां दस रही है कोई बुराई भी दस दो नहीं बुराई है इहो जी है ही नहीं बच्चे ना तो यह किसी की तेर मेर करता ना इहनूं इह भी मैं अमीर हाँ जां गरीब हाँ नहीं बिलकुल नॉर्मल रहिंदा आपका कोई उन्हें ये भेदभाव नहीं है किसी ना कोई भेदभाव नहीं जी सरपंच साहब हाँ जी बुराई का जिक्र हो रहा है भी सारे अच्छाई कर रहे हैं ढोल बजा रहे हैं भी जिस कारण पिंड का सरपंच है कोई बुराई भी दस दो बुराई तो जी जेडे हिसाब ना जमाना चली जाता उस हिसाब खुलासा बंदा है जी जेडी मेरे को गल कर ली ना उन्हें अगे जाके भी कर लेनी है अजकल लोग बड़े मान ला भी पैंट बनाते गलों के भी उत्थे क्यों मिल के है सानू मिल लिया आके ठीक है तो मैं कहना ना भी थोड़ा पढ़ता रखा कर जी आपका चलो मान ला भी किसी को मिला है तो ना दस्या कर वाला बाहर अंदर तो इन्ना क पढ़ता रखना चाहिए एनू ए दिल साफ है जी दिल साफ करके अपने वर्गे समझ दिया सबनों सब दे कोले गल्लां करी जांदा आपदी मन लोग उस चीज का मन ला भी पैंट बना लेंदे आ एवें कह गया एवें कह गया साडे नाल रल गया फलाने नाल हो गया ठीक है भी कदे तां कह देंदे आ साडी हो गई सहमति साडे नाल इक गल हो गई सिर्फ भी लोगों नूं मन ला भी पाड़न वास्ते पिंड दे अंदर मौजूद हाँ पिंड वासियां दे नाल गल कीती जिन्हां ने ठोक बजा के ताल ठोकी है कि पिंड दा आउण वाला सरपंच जसकरन कंग ही होवेगा Hi, my name is Deepika Malik from Magnus Language School, Sirsa. So I am here to help you to get your desired band score in IELTS and PT as from the last 1 year, we are helping students to get their desired band scores to achieve their desired band score. And if you are one of them who is struggling to get their scores in IELTS or PT, you must join Magnus. Thank you. My name is Lapri Singh. I am a student of Magnus and the teacher of this institute are very supportive and cooperative. And so anyone want to achieve their band score in IELTS or PT, they must join Magnus.